जस पंजाबी देखने वाले ते पंजाबी माँ बोली नू प्यार करने वाले प्यारे प्यारे पंजाबियों नू मेरे वालों प्यार भरी सत श्री अकाल। बहुत बहुत निघा स्वागत। मैं हाजर हाँ जगतार सिंह जग्गी। खास प्रोग्राम तुहाडे वास्ते लैके जिहदे विच तुसीं काल भी कर सकते हो। अज असीं एक फैसिलिटी रखी है साढ़े दर्शकों वास्ते, पर काल वास्ते गल यह है कि छोटी गल करनी पैगी क्योंकि समा थोड़ा हुंदा। बाकी लंबी गल करन वास्ते स्क्रीन ते नंबर आएगा, तुसीं उत्थे काल करके डायरैक्ट भी कोई भी सवाल हैगा पुछ सकते हो। कादे बारे सवाल? कंपस फंडिंग सोल्यूशन दा तुसी नाल मेरे बोर्ड देख रहे हो ते इहदे विच फंडिंग दी गल असी हमेशा करी दी आ। अज दे दिन कि खास तौर ते ट्रैकिंग दे नाल संबंधित कोई भी फंडिंग हैगी आ उहदा हल अज दे प्रोग्राम दे विच दसदे आ। मुकदी गल इह आ जी, ट्रैकिंग नाल संबंधित कोई भी तुहानू चाहीदी जानकारी, लोन चाहीदा, इंश्योरेंस करवाउणी आ, पैसे बचाउणे आ महीने दे, ते जां फिर तुसी नवीं ट्रैकिंग कंपनी खोलण बारे सोच रहे हो, सारियां ਗੱਲਾਂ ਦਾ ਹੱਲ, ਸਾਰੀਆਂ ਗੱਲਾਂ ਦਾ ਜਵਾਬ ਅੱਜ ਦੇਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਦਵਿੰਦਰ ਸਿੰਘ ਜੀ ਕੰਪਸ ਫੰਡਿੰਗ ਸੋਲੂਸ਼ਨ ਤੋਂ ਸਕਾਈਪ ਦੇ ਉੱਪਰ ਹੈਗੇ ਨੇ, ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸਕਰੀਨ 'ਤੇ ਨੰਬਰ ਆ ਰਿਹਾ ਹੋਏਗਾ, ਤੁਸੀਂ ਵੀ ਕਾਲ ਕਰਕੇ ਆਪਣਾ ਫੰਡਿੰਗ ਦੇ ਨਾਲ ਸੰਬੰਧਿਤ ਕੋਈ ਵੀ ਸਵਾਲ ਕਰ ਸਕਦੇ ਹੋ। ਜੀ ਦਵਿੰਦਰ ਭਾਈ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜਗਤਾਰ ਭਾਅ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਬੜੀ ਮਿਹਰਬਾਨੀ ਤੁਸੀਂ ਨਾਲ ਜੁੜਦੇ ਹੋ ਔਰ ਸਾਡੇ ਖਾਸ ਤੌਰ 'ਤੇ ਫੰਡਿੰਗ ਤਾਂ ਚਾਹੇ ਬੰਦਾ ਕਿਸੇ ਵੀ ਕੰਮ 'ਚ ਹੋਵੇ ਫੰਡਿੰਗ ਦੀ ਜ਼ਰੂਰਤ ਤਾਂ ਪੈਂਦੀ ਆ। ਪੰਜਾਬ ਦੇ ਵਿੱਚ ਹੁੰਦੇ ਸੀ ਆੜ੍ਹਤੀਏ ਅਤੇ ਉਹ ਹੱਲ ਕੱਢ ਦਿੰਦੇ ਸੀ, ਅਤੇ ਇੱਥੇ ਜਿਵੇਂ ਤੁਸੀਂ ਬੈਠੇ ਹੋ, ਤੁਹਾਡੇ ਵਰਗੇ ਹੋਰ ਲੋਕ ਬੈਠੇ ਨੇ ਅਤੇ ਉਹ ਫੰਡਿੰਗ ਦਾ ਹੱਲ ਕਰਦੇ ਨੇ। ਅਤੇ ਅਸੀਂ ਨਾਲ ਨਾਲ ਗੱਲ ਕਰਨੀ ਚਾਹੁੰਦੇ ਹਾਂ, ਜੇ ਫੰਡਿੰਗ ਦੀ ਗੱਲ ਕਰੀਏ ਟਰੈਕਿੰਗ ਦੀ, ਤਾਂ ਕਿਸ ਤਰ੍ਹਾਂ ਦੀ ਫੰਡਿੰਗ ਕੰਪਸ ਕਰਦੀ ਹੈ ਜੀ? ਦੇਖੋ ਜੀ, ਅਸੀਂ ਕਈ ਡਿਫਰੈਂਟ ਟਾਈਪਸ ਆਫ ਫੰਡਿੰਗ ਕਰਦੇ ਹਾਂ, ਹੈ ਨਾ। ਅਸੀਂ ਇਕੁਇਪਮੈਂਟ ਫਾਈਨੈਂਸ ਦੀ ਵੀ ਫੰਡਿੰਗ ਵੀ ਕਰਦੇ ਹਾਂ, ਅਤੇ ਜਿਵੇਂ ਹੁਣ SBA ਲੋਨਸ ਹੋਣ, PPP ਹੋਏ, ਲਾਈਨ ਆਫ ਕ੍ਰੈਡਿਟ ਹੋਏ, ਇਹ ਸਾਰਾ ਅਸੀਂ ਕੰਮ ਕਰ ਸਕਦੇ ਹਾਂ ਤੁਹਾਡੇ ਲਈ। ਪਰ ਜਿਹੜੀ ਫੰਡਿੰਗ ਮੋਸਟ ਟਰੈਕਿੰਗ ਇੰਡਸਟਰੀ ਦੇ ਵਿੱਚ ਚੱਲਦੀ ਹੈ ਉਹ ਹੈਗੀ ਹੈ ਫੈਕਟਰਿੰਗ ਜਾਂ ਕੈਸ਼ ਫਲੋ, ਜਿਹਦੇ 'ਚ ਅਸੀਂ ਤੁਹਾਡੀ ਜਿਹੜੀ ਇਨਵੋਇਸ ਹੈ ਉਹ ਖਰੀਦ ਲੈਂਦੇ ਹਾਂ, ਅਤੇ ਫਿਰ ਅ ਸਮਾਲ ਪਰਸੈਂਟੇਜ, ਅਤੇ ਤੁਹਾਨੂੰ ਜਿਹੜੀ ਫੰਡਿੰਗ ਹੈਗੀ ਹੈ ਤੁਹਾਨੂੰ 30 ਜਾਂ 80 ਦਿਨ ਵੇਟ ਨਾ ਕਰਨੇ ਪੈਣ, ਅਸੀਂ ਤੁਹਾਨੂੰ 2 ਦਿਨ 'ਚ ਉਹ ਫੰਡਿੰਗ ਦੇ ਦਿੰਦੇ ਹਾਂ, 1 ਜਾਂ 2 ਦਿਨ 'ਚ। ਹਾਂਜੀ, ਇਹ ਇਨਵਾਇਸ ਵਾਲਾ ਕੰਮ ਕਾਫੀ ਵਧੀਆ, ਕਿਉਂਕਿ ਮੈਂ ਇੱਥੇ, ਅਸੀਂ ਕੈਲੀਫੋਰਨੀਆ ਦੀ ਖਾਸ ਤੌਰ 'ਤੇ ਗੱਲ ਕਰੀਏ, ਅਤੇ ਬਹੁਤ ਸਾਰੇ ਦੋਸਤ ਮਿੱਤਰ ਇਹ ਗੱਲਾਂ ਕਰਦੇ, ਇੱਦਾਂ ਸੁਣੇ ਵੀ ਗੱਲਾਂ ਗੁੱਲਾਂ ਕਰਦੇ ਹੁੰਦੇ ਵੀ ਯਾਰ ਸਾਡੇ ਕੰਪਨੀ ਪੈਸੇ ਕਿਸੇ ਦੇ ਦੇਣੇ ਆ, ਪਰ ਮੇਰੀ ਪੇਮੈਂਟ ਜਿਹੜੀ ਆ ਉਹ ਕੰਟਰੈਕਟ ਇਹ ਹੈ ਕਿ 3 ਮਹੀਨੇ ਬਾਅਦ ਮੈਨੂੰ ਮਿਲਣੀ, ਹਜੇ ਤਾਂ ਵੀ ਤੁਸੀਂ ਮੈਨੂੰ ਪੈਸੇ ਦੇ ਦਿਓ ਕਿਸੇ ਕੋਲ ਉਧਾਰੇ ਉਧੂਰੇ ਫੜ ਕੇ, ਕੋਈ ਜ਼ਰੂਰੀ ਪੈਂਦੇ ਆ, ਕਿਸੇ ਨੇ ਇੰਡੀਆ ਭੇਜਣੇ ਆ, ਅਤੇ ਬਾਅਦ ਦੇ ਵਿੱਚ ਮੈਂ ਤੁਹਾਨੂੰ 3 ਮਹੀਨੇ ਬਾਅਦ ਮੋੜ ਦਾਂਗੇ ਜਦੋਂ ਮੇਰੇ ਪੈਸੇ ਆ ਗਏ। ਸੋ ਇਹ ਕੰਪਸ ਦਾ ਇੱਕ ਮੈਂ ਕਹਿੰਦਾ ਬਹੁਤ ਵਧੀਆ ਕੰਮ ਹੈਗਾ ਜੀ, ਕਿ ਤੁਸੀਂ ਵੇਟ ਕਰਨ ਦੀ ਲੋੜ ਨਹੀਂ, ਅਤੇ ਜੇ ਤੁਹਾਡੇ ਕੋਲ ਕੋਈ ਇਨਵਾਇਸ ਲੈ ਕੇ ਆਉਂਦਾ, ਤੁਹਾਨੂੰ ਇਨਵਾਇਸ ਭੇਜਦਾ ਜਾਂ ਗੱਲਬਾਤ ਕਰਕੇ ਨੰਬਰ ਫੋਨ ਆ ਰਿਹਾ ਜਿਹੜਾ ਫੋਨ ਨੰਬਰ, ਅਤੇ ਕਿੰਨੇ ਕੁ ਦਿਨ ਲਾਉਂਦੇ ਜੀ ਫਿਰ ਤੁਹਾਡੀ ਕੰਪਨੀ ਕਿੰਨੇ ਦਿਨ ਲਾਉਂਦੀ ਹੈ ਇਨਵਾਇਸ ਦੇ ਪੈਸੇ ਦੇਣ ਨੂੰ? ਦੇਖੋ, 1 ਜਾਂ 2 ਦਿਨ 'ਚ ਅੱਛਾ ਜੀ ਅਸੀਂ ਪੂਰੇ ਕਰ ਸਕਦੇ ਹਾਂ। ਹੁਣ ਕਈ ਸਾਡੇ ਵੀਰ ਭੈਣ ਹੈਗੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਸਿਸਟਮ ਹੈ ਉਹਦੇ ਲਈ ਕਿਵੇਂ ਸੈਟਅਪ ਕਰੀਦਾ ਹੈ ਜੀ, ਹੈ ਨਾ। ਸਾਡਾ ਤੁਸੀਂ ਜਦੋਂ ਇਹ ਨੰਬਰ ਕਾਲ ਕਰੋਗੇ, ਅਸੀਂ ਤੁਹਾਨੂੰ ਇੱਕ ਐਪਲੀਕੇਸ਼ਨ ਭੇਜਾਂਗੇ, ਰਾਈਟ। ਉਹ ਐਪਲੀਕੇਸ਼ਨ ਦੇ ਨਾਲ ਸਾਨੂੰ 5-6 ਡਾਕੂਮੈਂਟਸ ਚਾਹੀਦੀਆਂ ਹੁੰਦੀਆਂ ਨੇ ਜੋ ਬੈਂਕਿੰਗ ਦੇ ਉਹਦੇ ਉੱਤੇ ਮੁਤਾਬਕ ਉੱਤੇ ਚਾਹੀਦੀਆਂ ਹੀ ਚਾਹੀਦੀਆਂ ਨੇ ਬੈਂਕ ਨੂੰ ਜੀ, ਹੈ ਨਾ। ਉਹ ਤਾਂ ਪਹਿਲੇ ਤੁਹਾਡਾ ਡਰਾਈਵਰਸ ਲਾਇਸੈਂਸ ਹੈ, ਕਿਉਂਕਿ ਸਾਨੂੰ ਪਤਾ ਕਰਨਾ ਹੁੰਦਾ ਵੇ ਕਿ ਤੁਸੀਂ ਹੈਗੇ ਹੋ ਓਨਰ ਜਾਂ ਨਹੀਂ ਜੀ, ਹੈ ਨਾ। ਆਰਟੀਕਲਸ ਆਫ ਇਨਕੋਰਪੋਰੇਸ਼ਨ ਜਿਹੜੇ ਹੁੰਦੇ ਨੇ ਉਹ ਵੀ ਦੱਸਦਾ ਵੇ ਕਿ ਇਹ ਕੰਪਨੀ ਇਸ ਵੀਰ ਦੀ ਹੈ ਜਾਂ ਇਸ ਭੈਣ ਦੀ ਕੰਪਨੀ ਹੈਗੀ ਹੈ ਜੀ, ਹੈ ਨਾ। ਅਤੇ ਉਸ ਤੋਂ ਬਾਅਦ ਜੋ ਚਾਹੀਦਾ ਹੁੰਦਾ ਵੇ, ਜਿਹੜਾ ਇੱਕ ਹੁੰਦਾ FEIN, ਜਿਹੜਾ IRS ਤੁਹਾਨੂੰ EIN ਨੰਬਰ ਦਿੰਦਾ ਟੈਕਸ ਨੰਬਰ ਤੱਕ, ਉਹ ਵੀ ਜਿਹੜਾ ਹੈਗਾ ਵੇ ਜਦੋਂ ਸਾਲ ਦੇ ਐਂਡ ਵਿੱਚ ਜਦੋਂ ਟੈਕਸ ਭਰਨਾ ਪੈਂਦਾ ਨਾ, ਉਹ ਸਾਨੂੰ ਚਾਹੀਦਾ ਵੇ। W9 ਵੀ ਉਹਦੇ ਲਈ, MC ਸਰਟੀਫਿਕੇਟ, ਹੈ ਨਾ, ਅਤੇ ਸਰਟੀਫਿਕੇਟ ਆਫ ਇੰਸ਼ੋਰੈਂਸ, ਇਹ ਜੋ ਹੈਗੇ ਨੇ। ਅਤੇ ਇੱਕ ਵਰਡ ਚੈੱਕ ਇਸ ਲਈ ਚਾਹੀਦਾ ਹੁੰਦਾ ਕਿਉਂਕਿ ਸਾਨੂੰ ਪਤਾ ਹੋਇਆ ਕਿ ਪੈਸੇ ਅਸੀਂ ਕਿੱਥੇ ਭੇਜੀਏ, ਕਿਉਂਕਿ ਤੁਹਾਨੂੰ ਵੀ ਪਹੁੰਚਣਾ ਉਹ ਪੈਸੇ, ਹੈ ਨਾ। ਇਹ ਜਿਹੜੇ ਹੈਗੇ ਨੇ ਸੱਤ ਕੁ ਜਿਹੜੇ ਡਾਕੂਮੈਂਟਸ, 6 ਡਾਕੂਮੈਂਟਸ, ਇੱਕ ਡਰਾਈਵਰਸ ਲਾਇਸੈਂਸ, ਇਹਦੇ ਨਾਲ ਹੀ ਬਸ ਤੁਸੀਂ ਉਹ ਕਰਕੇ ਤੁਸੀਂ ਸੈੱਟ ਹੋ ਪੂਰੇ ਸਾਲ ਲਈ, 2 ਸਾਲ, 3-4 ਸਾਲ, ਜਿੰਨੇ ਸਾਲ ਲਈ ਤੁਸੀਂ ਫੈਕਟਰਿੰਗ ਯੂਜ਼ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ। ਇਹਦਾ ਕੰਟਰੈਕਟ ਵੀ ਕਰਦੇ ਹੋ ਜੀ ਕੋਈ, ਜਿਸ 1 ਸਾਲ ਕਰੋਗੇ, ਨਹੀਂ ਕਰੋਗੇ, ਜਾਂ ਜੇ ਚਾਹੇ ਬੰਦਾ ਕੋਈ 1 ਇਨਵਾਇਸ ਤੁਹਾਡੇ ਕੋਲ ਕਰ ਲਵੇ, ਅਤੇ ਚਾਹੇ ਲਗਾਤਾਰ 10 ਸਾਲ ਕਰਦਾ ਰਹੇ, ਇਹੋ ਜਿਹਾ ਸਿਸਟਮ ਹੈ ਜਾਂ ਕੀ ਸਿਸਟਮ, ਉਹ ਕਲੀਅਰ ਕਰ ਦਿਓ ਥੋੜ੍ਹਾ ਜਿਹਾ। ਜਿਹੜਾ ਕੰਟਰੈਕਟ ਹੈਗਾ ਉਹ ਸਾਲ ਬਾਏ ਸਾਲ ਚੱਲਦਾ ਰਹਿੰਦਾ ਹੈ, ਸਾਲ ਦਾ ਚੱਲਦਾ,
हाँ जी, तुसी जे एक साल ली करो तो फिर कह दो चलो बस हो गया काम, या तुसी जे कहते हो कि जो तक तुसी कैंसल ना करो ना वो चलता ही रहेगा, सो तो कुछ होर करना नहीं पड़ेगा। तो कैंसल मतलब मिनिमम समा कोई हैगा भी इन्ना समा कैंसल नहीं कर सकते, उस तो बाद ही कैंसल कर सकते? मोस्टली जो फैक्टरिंग दे होंगे ने ना वो साल दे ही कॉन्ट्रैक्ट साल होंगे दे ने। हाँ जी, पूरे साल दे ही होंगे। जी, पर एक साल ये है भी एक साल पे कोई खजल खुआरी नहीं हैगी भी 30 दिन या 60 दिन या 90 दिन वेट करो तो ना दिन अपने पैसे लाओ अकाउंट च पाओ तो अपने खर्चे खुर्चे जोड़े करने वाले करो। हाँ जी, एक गड्डी की किश्त, घर जी की किश्त के कोई किसी लिए वेट नहीं करती ना, हाँ बढ़िया। सो उन ते 30 दिन दे विच ही चाहिए होंगे ने। अच्छा एक होर गल मैं तुहाडे नाल करनी चाहुंदा सी दविंदर सिंह जी, भी आम तौर पर साडे पंजाबी कम्यूनिटी असीं देखिए भी बहुत सारे बेनीफिट जिहड़े हैगे उहनां वास्ते उहनां बारे अवेयर नहीं हैगे। असीं एक चलो इनवाइस की गल करते हैं, एक असीं गल करते हैं तुहाडी इंश्योरेंस जिहड़ी हैगी आ, उहदे विच भी अगर तुसीं ट्रक नहीं चलाउंदे, लोड नहीं ला रहे, इंडिया गए हो, घरे 5-7 दिन खड़ा बीमार हो, तो तुहानूं पैसे देने की लोड़ नहीं इंश्योरेंस दे, तो वह तुहाडे नाल अगर संपर्क करते हैं तो तुसीं 2000 तो 7000 तक महीना एक ट्रक की इंश्योरेंस की बचत की गल कर दौ। इन चीज़ों वास्ते पंजाबी अवेयर नहीं है, किवें अवेयर कर सकते हैं? देखो वीर जी, तुसी बिल्कुल सही हो, कई अवेयरनेस नहीं है, जिथे अपने दोस्तों ने सानू भेज दिता असी उत्थे ही पकड़ ली वो सर्विस, तो उत्थे असी चल पे। हुण साढ़े कई वीर भैन ने जिहड़े देखो 24,000 देंदे ने पर ट्रक, 24,000 20,000 है ना, असी कई कई जिहड़े साढ़े हैगे ने वीर भैनों जिहड़े आए ने उन्हां नूं दिता गया इंश्योरेंस 10 या 15,000 का पर ट्रक। हुण तुसी अपना हिसाब लगाओ किन्ना कु बचाया। यह है कि एक होंगी है स्टैंडर्ड इंश्योरेंस, एक होंगी है फ्लीट इंश्योरेंस जिन्होंने कहते हैं रिस्क रिटेंशन ग्रुप, वो जोड़ा है वे वो थोड़े ग्रोस इनवॉइसिस के उत्ते चलता है। जे तुसी थोड़े ग्रोस इनवॉइसिस घट हो तो देखो पैसे भी घट देने पैणगे, पूरा प्रीमियम नहीं देना पैंदा है ना, तो जे थोड़े वध हो फिर वो हिसाब किताब परसेंटेज के नाल चलता रहिंदा वे, ताकि जे तुसी किते हुण जिवें तुसी किया पंजाब चले गए या कि होर ट्रिप पर चले गए वेकेशन पर, राइट, तुहानू पूरा प्रीमियम नहीं देना पेगा जी। हुण मोस्ट ऑफ द टाइम की होंदा वे असी किसी होर कंपनी नाल प्रोग्रेसिव दे नाल या कोई होर कंपनी दे नाल असी अपना इंश्योरेंस किया होंदा वे, तो उत्थे 20,000 का निकलिया होंदा पर ट्रक, तो असी उही जो है पे करते रहेंगे, जे असी चलाइए, जे असी कोई समान मूव करिए या जे असी एक्चुअली काम करिए, सो वो थोड़ा जहा ना सानू पै जाता वे। देखो बड़े तरीके ने पैसे बचाण दे जी, बस यही है जिवें तुसीं कहा जगतार भाजी कि सानू कई वीरां नू भैणां नू पता नहीं है कि किवें पैसे बचाइए किवें बिजनेस चलाइए। बिल्कुल जी बिल्कुल, अवेयर करन दी लोड़ हैगी। नाल एक असीं पंजाबियां दी गल करिए तो कुछ जिवें हुण तुहाडी कंपनियां इस तरह कंपनियां कई हो सकदियां, किसी ने एक अद्धी जगह किसी नाल धोखा होया होवे फिर वो डरते ने गांह भी गल कर दो, एक ये भी जरूर अवेयर करो भी इन्ना चलो तुहाडे नाल करदे है, चाहे असी इंश्योरेंस की गल करिए, चाहे इनवॉइस की गल करिए, चाहे कोई ट्रैकिंग कंपनी की गल करिए, भी किन्ना चीज़ों तो अवेयर रहना चाहिए साढ़े दर्शकों। देखो कई कई चीज़ें है जिद अवेयरनेस चाहिए है, एक तो हैगी इंश्योरेंस, देखो जो तुम अपने इंश्योरेंस एजेंट न कहो कि मैं लॉस रनस चाहिए, माफ करना कई अपने हैगे ने जिहड़े कहिंदे ने सानू नहीं मिले अज नहीं मिले अगले महीने मिल जाएंगे है ना, तो वह खिंचते रहेंगे ताकि जो लास्ट मिनट होए ना तुसी किते होर शॉप राउंड ना कर सको। अच्छा ये भी एक गेम हैगी है ना। अच्छा। अपने वीरां भैणां नू पता होना चाहिए कि जे तुहाडा इंश्योरेंस एजेंट तुहानू अपने लास्ट रन 2 या 3 दिन विच ना दे उन्हां दा लाइसेंस रिवोक हो सकता है। अच्छा जी, हाँ जी, हुण ये साडे वीरां भैणां नू नहीं पता, सो वो धोखा खा जांदे ने, फिर अगले साल फिर उत्थे ही रहना पैंदा वे ते उन्हां दा प्रीमियम होर वधदा जांदा वे, पर जे छोटी जी गल उन्हां पता लग जाए वो कहणगे देखो मैनूं अपने जिहड़े लास्ट रन दे दो, नहीं तो मैं जिहड़ा स्टेट का वो हैगा वे बोर्ड उत्थे तुहाडा लाइसेंस जिहड़ा है वो रिपोर्ट करदा वा। सिंपल जी, सो ये बहुत चीज़ां हैगियां ने जिहड़ियां एक डर बैठा वो निकल सकदा अगर सही बंदे कोल जाने हैगे आ। कंपस की असी गल करिए, असी ब्रेक तो जाने तो पहला तो गल करांगे भी तुहाडे कोल सर्विसिज़ कहिड़ियां कहिड़ियां होर हैगियां कंपस के अधीन, तो नाले जे कोई जुड़ना चाहुंदा होया ट्रैकिंग इंडस्ट्री नाल उहदा असी ब्रेक तो बाद गल करांगे। ब्रेक तो जाने तो पहला तुसी दविंदर जी ये दसना कि तू कंपस की सर्विसिज़ कहिड़ी कहिड़ी है? बिल्कुल, कंपस के कोल हैगी है फैक्टरिंग,
इक्विपमेंट फाइनेंस, फ्यूल कार्ड, इंश्योरेंस, ट्रक सेल्स, ट्रक रेंटल, अच्छा ट्रेलर सिंह, साडा अपना हुण डिस्पैच भी है साडे वीर नॉर्थ स्टार दे नाल, ट्रकिंग कंपनी असीं हुण सैटअप भी करदे आ जिहनूं असीं आई टी ए सर्विसिज कहिंदे आ। सो बढ़िया चीज़ां, बढ़िया फैसिलिटीज़ ने इक्को ही साडे उहदे थल्ले हाँ, तकरीबन मेरे ख्याल दे विच सारियां ही फैसिलिटीज़ हैगियां ने, ट्रक लैण तों लै के इंश्योरेंस ते डिस्पैच। ते उदू बाद इक तुहाडा होर वी बड़ा वधिया मैनूं लग्गिया काम जिहड़ा हैगा तुहाडी कंपनी दा, डिस्काउंटड फ्यूल कार्ड जिहड़ा तुसीं दिंदे हो। जी हाँ, उहदे बारे वी इक वार दस दिओ। कल किसी दे नाल गल होई सीगी, आपणे पंजाबी नहीं सीगे एक्चुअली, साडी एक मैक्सीकन भैण सीगी, राइट, उहने कॉल कीती ते उह कहिंदी देखो मैनूं फैक्टरिंग चाहीदी है, कोई सानू दे रहा वे 4% ते, ते असीं कहा उह ते बहुत ज़्यादा वे, तो उहदे नाल नाल ही असीं साडी फ्यूल कार्ड की गल चली सी कि तुहानूं फ्यूल का किन्ना डिस्काउंट मिलता है। वो कहिंदी मैं अपने क्रैडिट कार्ड से पाती हाँ तो सानू 3% मिलता है। 3% का मतलब 3 सेंट पर डॉलर जी, वो तो कुछ नहीं होया, राइट। सो उहदे नाल थोड़ी जी गल की तो उन्होंने दस्या देखो तुसी ते महीने दे विच 1200 तुसी बचा सकते हो, है ना, पर पर ट्रक दे उत्ते, राइट। तो उहदे कोल 7 ट्रक सीगे, अच्छा ते जी, हाँ, ते वो देखो 8400 एक महीने च बचा सकते। वो हैरान हो गई, उन्हें किया कि देखो मैं ते 5 साल दी इहदे च काम कर रही है, मैंने कुछ पता ही नहीं इहदे बारे। सो थोड़ी जी गल की, ते उस तो बाद उन्हें किया देखो असी ते सारियां सर्विसिज तुहाडे थले ही लैणियां ने क्योंकि तुसी ते इधरों सानू इन्ना बचाया, है ना। 7 ट्रक दे थले जिहड़ा फ्यूल दा डिस्काउंट है उहनूं 100,800 साल दे विच बच गया जी ते देखो तुसी उहदे नाल ते तुसी दो दो यूज ट्रक तुसी खरीद सकदे हो। बिल्कुल, ये भी तो जे इंश्योरेंस की असं गल करिए, जे 2000 तो 7000 बचता, जे 10 ट्रक भी ने तो लगभग 70,000 यही हो गया महीने का। जी जी, सो काम सारे ही तुहाडे बहुत वधिया ने। तो एक ब्रेक लैनी पैगी जी सानू, ब्रेक तो बाद असी फिर तुहाडे नाल इस तरह जुड़ांगे जी, तुसी जानकारी जिहड़ी बाकी साडे दर्शकां नूं वह भी असी लैण की कोशिश करांगे तुहाडे कोलों। तो तुसी इस तरह दविंदर जी नाल ही रहो, तो ब्रेक तो बाद फिर हाजिर होंगे। दविंदर सिंह जी कंपस फंडिंग सोल्यूशन इलानॉइस दे विच वैसे इन्हां दा ऑफिस हैगा, तो साडे नाल स्काइप दे उपर अक्सर आउंदे ने। कोई सवाल होवे तुसीं इन्हां दा नंबर स्क्रीन ते आ रहा सीगा, साडे कोल भी कॉल करके गल कर सकदे हो। ब्रेक तो बाद होर थोड़ी देर वास्ते गल करांगे, देखदे रहो जस्ट पंजाब। एक बार फिर हाजिर हाँ जी, मैं जगतार सिंह जग्गी ते दविंदर सिंह जी कंपस फंडिंग सोल्यूशन तो साडे नाल हैगे ने, और जानकारी बहुत वधिया दे रहे सी। खास तौर पर पैसे पिछे ही आपां काम करदे हां, पैसे रोजी रोटी करके ही बाहरले मुल्कां दे विच 18-18 घंटे काम करदे हां, पर जिथों पैसे बचण बचा लैने चाहिए आ। खास तौर पर ट्रकिंग इंडस्ट्री नाल संबंधित लोगों वास्ते ये प्रोग्राम खास है कि ट्रकिंग इंडस्ट्री दे विच असीं कित्थे कित्थे पैसे किवें किवें बचा सकते हैं। इंश्योरेंस की गल कर रहे सी, चाहे वह इनवाइस की गल कर रहे थे, चाहे वह गल कर रहे थे फ्यूल डिस्काउंटड फ्यूल कार्ड जिहड़ा। हाँ जी दविंदर भाजी, एक बार फिर स्वागत है जी तुहाडा। सत श्री अकाल जी। हाँ जी, अच्छा असी जी गल कर रहे नाल यह कि ट्रकिंग लाइन दे विच कोई बंदा पैना चाहुंदा है, ट्रकिंग कंपनी खोलनी चाहुंदा, तो उहदे बारे तुसी की सलाह दिंदे हो? उहदे वीर जी देखो कई चीज़ां होंदियां ने, पहले तो पहला सलाह जो हैगा वे तुसी ना अपना LLC या INC खोलो, अपनी कंपनी खोलो जी। जे तुसी काम सोल प्रोप्राइटरशिप ते करोगे, है ना, उहदे च कई कई चीज़ां जिहड़ियां ने तुहाडे नुकसान भी दे सकदियां ने। अच्छा जी, जो तुसी LLC वर्क खोल दिता, राइट, कई जिहड़ियां हैगियां ने, हुण तुसी देखो जे तुहानूं कोई कंपनी दे मुताबिक कोई सू करे, राइट, हुण मैं अटर्नी ते नहीं हैगा, सो मैं बस यही दस रहा थ्रू माई एक्सपीरियंस, कोई तुहानूं सू करे, राइट, तो वो लिमिटेड लाइबिलिटी कॉरपोरेशन जो है, एटलीस्ट तुहाडा घर है, तुहाडियां गड्डियां ने, वो जो पर्सनल जो एसेट्स ने वो तो बचिया रहनगियां ना। सो ये तो एक बहुत जरूरी चीज़ है। कई साडे वीर आंदे ने कि मैं सोल प्रोप्राइटर दे नाल ओह काम कर रहा वा, तो मैं उन्होंने पहले ही कहिंदा देखो तुसी ना थोड़ा जा पैसा तुसी स्पेंड करो, 300 या 400 लग जाते हैं, बस अपनी कंपनी खोल के तुसी अपने आप नूं बच के रखो जी। कई चीज़ें हो सकदियां ने। अच्छा, ये जिवें कंपनी वगैरह खोलनी किसी ने, कोई इस बारे सोच रहा तो वह भी तुहाडे नाल संपर्क कर सकते इस नंबर पर? तुसी सारा ये भी नाल कर दिओ कम, जां उन्हां नूं आप करना पएगा जिवें कंपनी रजिस्ट्रेशन की गल करते आपां तुसी?
ਹੁਣ ਤੁਸੀਂ ਇਹ ਨੰਬਰ ਵੀ ਕਾਲ ਕਰ ਸਕਦੇ ਹੋ ਜਿਹੜੇ ਸਾਡੇ ਹੈਗੇ ਨੇ ਇੱਥੇ ਕਾਲ ਜਿਹੜੇ ਕਾਲ ਲੈਣਗੇ ਉਹ ਤੁਹਾਨੂੰ ਸਾਡੀ ਸਿਸਟਰ ਕੰਪਨੀ ਦੇ ਨਾਲ ਉਹ ਮਿਲਾ ਦੇਣਗੇ ਜਿਹੜਾ ਨੋਰਥ ਸਟਾਰ ਹੈ ਉੱਥੇ ਸਾਡੇ ਕੋਲ ਇੱਕ ਸੇਫਟੀ ਮੈਨੇਜਰ ਵੀ ਹੈਗਾ ਵੇ ਅਤੇ ਜੀ ਇੱਕ ਜਿਹੜਾ ਕੰਪਨੀ ਆ ਸੈਟਅਪ ਵੀ ਕਰਦਾ ਵੇ ਤੁਹਾਡੇ ਜਿਹੜੇ DOT ਅਤੇ ਉਹ ਹੈਗੇ ਨੇ ਉਹ ਸਭ ਕੁਝ ਸੈਟਅਪ ਕਰਕੇ ਤਾਂ ਕਿ ਤੁਸੀਂ ਇਨ ਅਕੋਰਡੈਂਸ ਟੂ ਸਟੇਟ ਲਾਜ਼ ਅਤੇ ਫੈਡਰਲ ਲਾਜ਼ ਹੋਵੋ ਅਤੇ ਫਿਰ ਉੱਥੋਂ ਅਸੀਂ ਅੱਗੇ ਹੋਰ ਤੁਰਦੇ ਹਾਂ ਜੇ ਤੁਹਾਨੂੰ ਟਰੱਕ ਚਾਹੀਦਾ ਅਸੀਂ ਫਾਈਨੈਂਸਿੰਗ ਦਾ ਵੀ ਉੱਥੋਂ ਕਰਾ ਦਿੰਦੇ ਹਾਂ ਜੇ ਤੁਹਾਨੂੰ ਫੈਕਟਰਿੰਗ ਚਾਹੀਦੀ ਹੈ ਫਿਰ ਇੱਧਰੋਂ ਆ ਕੇ ਫੈਕਟਰਿੰਗ ਕਰਕੇ ਇੰਸ਼ੋਰੈਂਸ ਕਰਕੇ ਫਿਊਲ ਸਾਰਾ ਤੁਹਾਨੂੰ A to Z ਲੈ ਕੇ ਸੈਟਅਪ ਕਰ ਸਕਦੇ ਹਾਂ ਅੱਛਾ ਆਪਾਂ ਜਿਵੇਂ ਹੁਣ ਪੰਜਾਬੀ ਪ੍ਰੋਗਰਾਮ ਹੈ ਅਤੇ ਪੰਜਾਬੀ ਹੀ ਸਾਰੇ ਤਕਰੀਬਨ ਦੇਖਦੇ ਹੋਣਗੇ ਇਸ ਪ੍ਰੋਗਰਾਮ ਨੂੰ ਅਤੇ ਫਿਰ ਜਦੋਂ ਕਾਲ ਕਰਨਗੇ ਪੰਜਾਬੀ ਕੋਈ ਜੀ ਕਿਸੇ ਵੀ ਕੰਮ ਵਾਸਤੇ ਚਾਹੇ ਉਹ ਉਹਨਾਂ ਨੇ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਹੈ ਚਾਹੇ ਡਿਸਕਾਊਂਟਡ ਫਿਊਲ ਕਾਰਡ ਲੈਣਾ ਚਾਹੇ ਇਨਵਾਇਸ ਦੀ ਗੱਲ ਹੈ ਚਾਹੇ ਡਿਸਪੈਚਿੰਗ ਦੀ ਗੱਲ ਹੈ ਅਤੇ ਚਾਹੇ ਅਸੀਂ ਜਿਵੇਂ ਹੁਣ ਗੱਲ ਕੀਤੀ ਹੈ ਟਰੱਕ ਕੰਪਨੀ ਖੋਲ੍ਹਣੀ ਹੈ ਅਤੇ ਅੱਗੇ ਉਹ ਪੰਜਾਬੀ ਵਿੱਚ ਵੀ ਤੁਹਾਡਾ ਸਟਾਫ ਗੱਲ ਕਰਦਾ ਜਾਂ ਇੰਗਲਿਸ਼ ਦੇ ਵਿੱਚ ਹੀ ਕਰਦੇ ਆ ਬਿਲਕੁਲ ਸਾਡੇ ਕੋਲ ਮਲਟਾਈ ਐਥਨਿਕ ਸਟਾਫ ਹੈ ਸਾਡੇ ਕੋਲ ਸਰਬੀਅਨ ਵੀ ਹੈਗੇ ਨੇ ਰਾਈਟ ਰੋਮੇਨੀਅਨ ਵੀ ਨੇ ਪੰਜਾਬੀ ਵੀ ਬੋਲਣ ਵਾਲੇ ਹੈਗੇ ਨੇ ਸੇਲਸ ਵਿੱਚ ਵੀ ਅਤੇ ਆਪਣੇ ਜਿਹੜੇ ਆਪਰੇਸ਼ਨਸ ਵਿੱਚ ਵੀ ਸਾਡੇ ਕੋਲ ਪੰਜਾਬੀ ਹੈਗੇ ਨੇ ਡਿਸਪੈਚ ਡਿਸਪੈਚ ਜਿਹੜੇ ਵੀ ਨੇ ਉਹ ਵੀ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਨੇ ਤੁਹਾਡੇ ਨਾਲ ਹਾਂ ਇਹ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ ਅਤੇ ਕੰਪਨਸ ਫੰਡਿੰਗ ਦੀ ਅਸੀਂ ਗੱਲ ਕਰ ਰਹੇ ਸੀਗੇ ਨਾਲ ਦੀ ਨਾਲ ਡਿਸਕਾਊਂਟਡ ਫਿਊਲ ਕਾਰਡ ਜਿਹੜਾ ਉਹਦੀ ਗੱਲ ਕੀਤੀ ਹੈ ਅਤੇ ਇੱਕ ਅਸੀਂ ਇੰਸ਼ੋਰੈਂਸ ਦੀ ਮੈਂ ਵਾਰ ਵਾਰ ਜ਼ਰੂਰ ਗੱਲ ਕਰਨੀ ਚਾਹੁੰਦਾ ਕਿਉਂਕਿ ਇੰਸ਼ੋਰੈਂਸ ਜਿਹੜੀ ਹੈ ਸਭ ਤੋਂ ਵੱਡਾ ਭਾਰ ਜਿਹੜਾ ਖਾਸ ਤੌਰ 'ਤੇ ਟਰੱਕਾਂ ਵਾਲਿਆਂ 'ਤੇ ਉਹ ਇੰਸ਼ੋਰੈਂਸ ਦਾ ਹੁੰਦਾ ਬਾਕੀ ਜਿਹੜੇ ਕੰਮ ਕਾਰ ਚੱਲੀ ਜਾਂਦੇ ਆ ਰਿਪੇਅਰ ਰਿਪੂਰ ਵੀ ਸਾਰ ਲੈਂਦੇ ਆ ਪਰ ਇੰਸ਼ੋਰੈਂਸ ਜਿਹੜੀ ਆ ਉਹਨੂੰ ਅਵੋਇਡ ਨਹੀਂ ਕਰ ਸਕਦੇ ਅਤੇ ਇਹ ਕਿਵੇਂ ਜਿਹੜੇ ਦੋ ਤੁਹਾਡੇ ਨਾਲ ਅਗਰ ਕਰਦੇ ਆ ਤਾਂ 2 to 7 ਹਜ਼ਾਰ ਕਿਵੇਂ ਬਚਾ ਸਕਦੇ ਇਹ ਆਪਾਂ ਦੇਖੀ ਕਿ ਲੋਕਾਂ ਨੇ ਬਚਾਏ ਨੇ ਫਿਊਲ ਕਾਰਡ 'ਚ ਵੀ ਬਚਾਏ ਨੇ ਲਗਭਗ $1200 ਪਰ ਟਰੱਕ ਅਤੇ ਇਹ 7 ਹਜ਼ਾਰ ਤੱਕ ਪਰ ਟਰੱਕ ਇੰਸ਼ੋਰੈਂਸ ਤੋਂ ਬਚਾਏ ਨੇ ਇੰਸ਼ੋਰੈਂਸ ਦੀ ਅਸੀਂ ਖਾਸ ਤੌਰ 'ਤੇ ਗੱਲ ਕਰਨੀ ਚਾਹਾਂਗੇ ਦੁਬਾਰਾ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਬੜੀ ਸਹੀ ਸਹੀ ਗੱਲ ਕਹੀ ਹੈ ਕਿ ਜਿਹੜੀ ਇੰਸ਼ੋਰੈਂਸ ਹੈ ਉਹ ਸਾਨੂੰ ਚਾਹੀਦੀ ਚਾਹੀਦੀ ਉਹਦੇ ਤੋਂ ਅਸੀਂ ਛੁੱਪ ਕੇ ਕਿਤੇ ਭੱਜ ਨਹੀਂ ਸਕਦੇ ਇਹ ਇੰਡੀਆ ਇੰਡੀਆ ਹਜੇ ਟਰੱਕ ਟਰੁੱਕ ਚਲਾ ਲੈਂਦੇ ਉਹ ਤੋਂ ਹੁਣ ਤਾਂ ਸ਼ਾਇਦ ਉੱਥੇ ਵੀ ਨਹੀਂ ਹੈ ਤੇ ਇੱਕ ਤੇ ਇੰਸ਼ੋਰੈਂਸ ਤੇ ਇੱਕ ਤੇ ਫਿਊਲ ਫਿਊਲ ਤੋਂ ਪੈਟਰੋਲ ਤੋਂ ਬਿਨਾਂ ਤੁਸੀਂ ਤੇ ਗੱਡੀ ਚਲਾ ਹੀ ਨਹੀਂ ਸਕੋਗੇ ਦੋ ਚੀਜ਼ਾਂ ਕੰਪਲਸਰੀ ਨੇ ਹਾਂਜੀ ਉਹ ਕੰਪਲਸਰੀ ਨੇ ਜਿਹੜਾ ਇੰਸ਼ੋਰੈਂਸ ਤਾਂ ਹੈਗਾ ਵੇ ਹੈ ਨਾ ਦੋ ਡਿਫਰੈਂਟ ਟਾਈਪਸ ਹੈਗੇ ਨੇ ਇੱਕ ਹੁੰਦਾ ਹੈ ਫੀਲਡ ਫਲੀਟ ਇੰਸ਼ੋਰੈਂਸ ਇੱਕ ਹੁੰਦਾ ਵੇ ਜਿਹੜਾ ਸਟੈਂਡਰਡ ਇੰਸ਼ੋਰੈਂਸ ਸਟੈਂਡਰਡ ਇੰਸ਼ੋਰੈਂਸ ਦੇ ਨਾਲ ਜੋ ਹੈਗਾ ਵੇ ਤੁਸੀਂ ਇੱਕੋ ਹੀ ਰੇਟ ਇੱਕੋ ਹੀ ਪ੍ਰੀਮੀਅਮ ਪੇ ਕਰੋਗੇ ਹਰ ਮਹੀਨੇ ਜਿਹੜਾ ਫਲੀਟ ਇੰਸ਼ੋਰੈਂਸ ਹੈ ਉਹਦੇ 'ਚ ਉਹ ਦੇਖਦੇ ਨੇ ਕਿ ਤੁਸੀਂ ਕਿੰਨਾ ਕੁ ਤੁਹਾਡਾ ਗਰੋਸ ਪ੍ਰੋਫਿਟ ਕਿੰਨਾ ਮਿਲਿਆ ਵੇ ਉਸ ਹਿਸਾਬ ਨਾਲ ਅਤੇ ਜਿਹੜਾ ਪ੍ਰੀਮੀਅਮ ਹੈ ਉਹ ਘੱਟ ਜਾਂਦਾ ਵੇ ਹਾਂਜੀ ਇਹਦੇ 'ਚ ਇਹ ਵੀ ਹੈ ਕਿ ਜੇ ਵੱਧ ਮਿਲਿਆ ਵੇ ਤਾਂ ਉਹਦੇ 'ਚ ਪ੍ਰੀਮੀਅਮ ਕੈਪਡ ਹੋ ਜਾਂਦਾ ਵੇ ਕਿ ਇਸ ਤੋਂ ਉੱਤੇ ਤੁਸੀਂ ਅਸੀਂ ਜਾ ਨਹੀਂ ਸਕਦੇ ਇਹ ਵੀ ਇੱਕ ਹੁੰਦਾ ਨਾ ਸੋ ਕਈ ਚੀਜ਼ਾਂ ਹੁੰਦੇ ਨੇ ਕਈ ਫਾਇਦਾ ਹੁੰਦੇ ਨੇ ਹੁਣ ਅਸੀਂ 12 ਮਹੀਨੇ ਤਾਂ ਅਸੀਂ ਪੂਰਾ ਜ਼ੋਰ ਲਗਾ ਕੇ ਤਾਂ ਨਹੀਂ ਚਲਾਉਂਦੇ ਹੁਣ ਜਿਹੜਾ ਪਹਿਲਾ ਕੁਆਟਰ ਆਇਆ ਵੇ ਜਨਵਰੀ ਤੋਂ ਲੈ ਕੇ ਮਾਰਚ ਤੱਕ ਜੀ ਉਹ ਸਲੋ ਕੁਆਟਰ ਹੁੰਦਾ ਵੇ ਰਾਈਟ ਸੋ ਜਦੋਂ ਇਹ ਪਹਿਲਾ ਕੁਆਟਰ ਸਲੋ ਹੋ ਜਾਏ ਤੇ ਕਿਉਂ ਤੁਹਾਡਾ ਇੰਸ਼ੋਰੈਂਸ ਜਿਹੜਾ ਹੈਗਾ ਉਹ ਕਿਉਂ ਨਹੀਂ ਕੱਟਿਆ ਜਾਂਦਾ ਸੋ ਜਿਹੜਾ ਫਲੀਟ ਇੰਸ਼ੋਰੈਂਸ ਦੀ ਹੈਗੀ ਹੈ ਨਾ ਜਿਹੜੀ ਅਸੀਂ ਕਰਦੇ ਹਾਂ ਉਹਦੇ 'ਚ ਤੁਸੀਂ ਜਦੋਂ ਦੇਖੋਗੇ ਤੁਹਾਡਾ ਜਦੋਂ ਤੁਹਾਡੀ ਇਨਕਮ ਘੱਟ ਜਾਏਗੀ ਰਾਈਟ ਤੁਹਾਡੀ ਜਿਹੜੀ ਪ੍ਰੀਮੀਅਮ ਹੈ ਉਹ ਵੀ ਘੱਟ ਜਾਏਗੀ ਉਹ ਵੀ ਹਿਸਾਬ ਤੇ ਆਏਗੀ ਇਨਕਮ ਮਤਲਬ ਕਿ ਮੰਥਲੀ ਦੇਖਦੇ ਨੇ ਜਿਵੇਂ ਪਿਛਲੇ ਮਹੀਨੇ ਦੀ ਇਨਕਮ ਘੱਟ ਗਈ ਤਾਂ ਅਗਲੇ ਮਹੀਨੇ ਦਾ ਪ੍ਰੀਮੀਅਮ ਘੱਟ ਗਿਆ ਹਾਂਜੀ ਬਿਲਕੁਲ ਇਹੀ ਸਿਸਟਮ ਹੈ ਅਤੇ ਦੂਸਰੀ ਸਟੈਂਡਰਡ ਇੰਸ਼ੋਰੈਂਸ ਵੀ ਕਰਦੀ ਤੁਹਾਡੀ ਕੰਪਨੀ ਜਾਂ ਸਿਰਫ ਫਲੀਟ ਇੰਸ਼ੋਰੈਂਸ ਕਰਦੀ ਅਸੀਂ ਸਟੈਂਡਰਡ ਇੰਸ਼ੋਰੈਂਸ ਵੀ ਕਰਦੇ ਹਾਂ ਅਤੇ ਫਲੀਟ ਵੀ ਕਰਦੇ ਹਾਂ ਦੋਨਾਂ 'ਚ ਦੇਖਦੇ ਹਾਂ ਕਿ ਤੁਹਾਡਾ ਫਾਇਦਾ ਕਿੱਥੇ ਹੋਏਗਾ ਜੀ ਕਈਆਂ ਦਾ ਜਿਹੜਾ ਹੈਗਾ ਕਈ ਸਟੇਟਸ ਦੇ ਵਿੱਚ ਜਿਹੜਾ ਪ੍ਰੋਗਰੈਸਿਵ ਹੈ ਉਹ ਘੱਟ ਹੈ ਜੀ ਕਈਆਂ ਦੇ ਵਿੱਚ ਪ੍ਰੋਗਰੈਸਿਵ ਬਹੁਤ ਵੱਧ ਜ਼ਿਆਦਾ ਵੇ ਹੁਣ ਕੈਲੀਫੋਰਨੀਆ 'ਚ ਜੇ ਤੁਸੀਂ ਪ੍ਰੋਗਰੈਸਿਵ ਲਓ ਪਤਾ ਨਹੀਂ ਤੁਸੀਂ ਕਿੰਨਾ ਕੁ ਦਿਓਗੇ ਪਰ ਬਹੁਤ ਜ਼ਿਆਦਾ ਵੇ ਉਹਨਾਂ ਦਾ ਜਿਹੜਾ ਪ੍ਰੀਮੀਅਮ ਹੈ ਪਰ ਉਹ ਹੀ ਨਾ ਅਸੀਂ ਦੋਨੋਂ ਕੱਢ ਕੇ ਦੇਖਦੇ ਹਾਂ ਕਿ ਤੁਹਾਡੇ ਲਈ ਕਿਹੜਾ ਕਿਹਦੇ ਨਾਲ ਫਾਇਦਾ ਹੋਏਗਾ ਜੀ ਫਿਰ ਉਹਦੇ ਨਾਲ ਅਸੀਂ ਤੁਹਾਨੂੰ ਉਹ ਕੰਸਲਟ ਕਰਦੇ ਹਾਂ ਅਤੇ ਤੁਸੀਂ ਆਪੇ ਡਿਸੀਜਨ ਲਵੋ ਕਿ ਕਿਹੜਾ ਤੁਹਾਨੂੰ ਚਾਹੀਦਾ ਵੇ ਫਿਰ ਅਸੀਂ ਤਾਂ ਤੁਹਾਨੂੰ ਪ੍ਰੈਜੈਂਟ ਕਰ ਸਕਦੇ ਹਾਂ ਹੁਣ ਅੱਗੇ ਤੁਸੀਂ ਸਾਨੂੰ ਦੱਸੋਗੇ ਕਿ ਤੁਸੀਂ ਕਿਹੜਾ ਲੈਣਾ ਚਾਹੁੰਦੇ ਹੋ ਜੀ ਅਤੇ ਬਹੁਤ ਵਧੀਆ ਗੱਲਾਂ ਬਾਤਾਂ ਹੋ ਰਹੀਆਂ ਅਤੇ ਨਾਲ ਦੀ ਨਾਲ ਡਿਸਪੈਚਿੰਗ ਦੇ ਜੇ ਜ਼ਿਕਰ ਕਰੀਏ ਤਾਂ ਤੁਹਾਡੇ ਕੋਲ ਖੈਰ ਖੈਰ ਟਰੱਕਾਂ ਦਾ ਹਰ ਤਰ੍ਹਾਂ ਦਾ ਵਾਹ ਪੈਂਦਾ ਹੋਏਗਾ ਟਰੱਕ ਕੰਪਨੀਆਂ ਦਾ ਵੀ ਓਨਰ ਓਪਰੇਟਰ ਦਾ ਵੀ ਡਰਾਈਵਰਾਂ ਦਾ ਵੀ ਅਤੇ ਕਿੱਥੇ ਅੱਜ ਕੱਲ੍ਹ ਟਰੱਕਿੰਗ ਇੰਡਸਟਰੀ ਦਾ ਕੋਈ ਸਲੋ ਡਾਊਨ ਹੋਇਆ ਜਾਂ ਵਧੀਆ ਚੱਲ ਰਹੀ ਦੇਖੋ ਵੀ ਜੀ
ਪਿਛਲੇ ਹਫਤੇ ਤੋਂ 19% ਜਿਹੜੇ ਲੋਡਸ ਨੇ ਸਪਾਟ ਰੇਟ ਹੈ ਉਹ 19% ਘੱਟ ਗਿਆ ਘੱਟ ਗਏ ਆ, ਕਿਉਂਕਿ ਆਹ ਇਹ। ਫਰਵਰੀ ਦੇ ਵਿੱਚ, ਫਰਵਰੀ ਮਾਰਚ ਵਿੱਚ ਅਕਸਰ ਦੇਖਿਆ ਕਿ ਥੋੜ੍ਹਾ ਬਹੁਤ ਫਰਕ ਪੈਂਦਾ। ਇਹ ਕਰੋਨਾ ਦਾ ਕਰਕੇ ਫਰਕ ਪਿਆ ਜਾਂ ਰੂਟੀਨ ਦਾ ਫਰਕ ਹੈ? ਐਕਚੁਅਲੀ ਜੇ ਦੇਖਿਆ ਜਾਏ ਤਾਂ ਰੂਟੀਨ ਹੈ, ਅੱਛਾ ਜੀ, ਰੂਟੀਨਲੀ ਜਿਹੜਾ ਹੁੰਦਾ ਕੋਈ 30% ਦੇ ਲਗਭਗ ਤੁਸੀਂ ਦੇਖ ਡਰਾਪ ਦੇਖ ਸਕਦੇ ਹੋ। ਇਸ ਵਾਰੀ ਇੰਨਾ ਕੋਈ ਡਰਾਪ ਨਹੀਂ ਹੋਇਆ, ਸਗੋਂ ਅਸੀਂ ਤੇ ਉਮੀਦ ਕਰ ਰਿਹਾ ਕਿ ਮਾਰਚ ਦੇ ਮਹੀਨੇ ਦੇ ਵਿੱਚ ਫਿਰ ਵੱਧ ਜਾਏਗਾ। ਅੱਛਾ ਜੀ, ਸੋ ਇਹ ਜਿਹੜੀ ਹੈਗੀ ਕੋਈ ਕੋਈ ਗੱਲ ਨਹੀਂ, ਥੋੜੀ ਜਿਹੀ ਘੱਟੀ ਜਾਂਦੀ ਹੈ ਪਹਿਲੇ ਪਹਿਲੇ ਸਾਲ ਦੇ ਪਹਿਲੇ ਉਹਦੇ 'ਚ, ਪਰ ਫਿਰ ਵੱਧ ਜਾਂਦੀ ਹੈ। ਹਾਂਜੀ ਹਾਂਜੀ, ਇਹ ਤਾਂ ਚਲੋ ਚੱਲਦਾ ਹੀ ਰਹਿੰਦਾ, ਪਰ ਇਹ ਜਿਹੜਾ ਜਿਹੜੇ ਕੰਮ ਹੈ ਵੀ ਟਰੱਕ ਘੱਟ ਚੱਲੇ ਟਰੱਕ ਵੱਧ ਚੱਲੇ, ਇੰਸ਼ੋਰੈਂਸ ਵੀ ਉਹਦੀ ਕਰਾਉਣੀ ਪੈਣੀ ਆ, ਫਿਊਲ ਵੀ ਉਹਦੇ ਵਿੱਚ ਪੈਣਾ, ਅਤੇ ਜੇ ਘੱਟ ਵੀ ਚੱਲਦਾ ਤਾਂ ਇਨਵਾਇਸ ਵੀ ਤੁਹਾਡੇ ਕੋਲ ਆਉਣੀ ਆ, ਸਾਡੇ ਦਰਸ਼ਕ ਜਿਹੜੇ ਮੈਂ ਉਹਨਾਂ ਦੀ ਗੱਲ ਕਰਦਾ। ਸੋ ਸਾਰੇ ਕੰਮਾਂ ਵਾਸਤੇ ਦਵਿੰਦਰ ਸਿੰਘ ਜੀ ਨੂੰ ਸੰਪਰਕ ਕਰ ਸਕਦੇ ਹੋ। ਅਤੇ ਦਵਿੰਦਰ ਸਿੰਘ ਜੀ, ਹੋਰ ਆਫਿਸ ਕਿੱਥੇ ਕਿੱਥੇ ਹੈਗੇ ਤੁਹਾਡੇ? ਦੇਖੋ ਸਾਡਾ ਮੇਨ ਹੈੱਡਕੁਆਰਟਰ ਤਾਂ ਸ਼ਿਕਾਗੋ 'ਚ ਹੈਗਾ, ਕਲੇਰਡਨ ਹਿਲਸ ਇਲਨੋਏ। ਹੋਰ ਹੈਗਾ ਵੇ ਹੁਣ ਸਾਡੇ ਕੋਲ ਬਲੂਮਿੰਗਟਨ ਦੇ ਵਿੱਚ ਵੀ ਹੈਗਾ ਵੇ, ਯੂਬਾ ਸਿਟੀ ਦੇ ਵਿੱਚ ਵੀ ਰੈਪ੍ਰਜੈਂਟੇਟਿਵ ਹੈਗੇ ਨੇ, ਫਰੈਜ਼ਨੋ ਵਿੱਚ ਵੀ ਹੈਗੇ ਨੇ, ਮਿਸ਼ੀਗਨ, ਕਿੰਟਕੀ, ਫਲੋਰੀਡਾ ਅਤੇ ਹੋਰ ਕਈ ਕਈ ਜਗ੍ਹਾ, ਕੈਨਸਸ ਸਿਟੀ ਵਿੱਚ ਵੀ ਹੈਗੇ ਨੇ। ਸੋ ਅਸੀਂ ਹਰ ਜਗ੍ਹਾ 'ਤੇ ਆ ਅਤੇ ਅਸੀਂ ਹੋਰ ਵੀ ਵਧਣਾ ਚਾਹੁੰਦੇ ਹਾਂ। ਵਾਹ ਜੀ ਵਾਹ, ਬਿਲਕੁਲ ਵਧਣਾ ਚਾਹੀਦਾ। ਅਤੇ ਅੱਛਾ, ਜੇ ਤੁਹਾਡੇ ਇਸ ਨੰਬਰ 'ਤੇ ਕਾਲ ਕਰਕੇ ਕਹਿ ਦੇ ਵੀ ਮੈਂ ਤੁਹਾਡੇ ਇੱਥੇ ਰੀਪ੍ਰਜੈਂਟ ਮੈਂ ਫਰਿੰਜੋਂ ਰਹਿੰਦਾ ਜਾਂ ਯੂਬਾ ਸਿਟੀ ਜਾਂ ਕਿਤੇ ਵੀ ਰਹਿੰਦਾ ਅਤੇ ਮਿਲਣਾ ਚਾਹੁੰਦਾ, ਤਾਂ ਫਿਰ ਮਿਲ ਕੇ ਵੀ ਗੱਲ ਕਰ ਸਕਦੇ ਨੇ? ਬਿਲਕੁਲ ਬਿਲਕੁਲ, ਅਸੀਂ ਉਹਨਾਂ ਨੂੰ ਡਾਇਰੈਕਟ ਕੰਟੈਕਟ ਦੇਵਾਂਗੇ ਅਤੇ ਤੁਸੀਂ ਜੇ ਨਾਰਦਰਨ ਡਿਵੀਜ਼ਨ ਵਿੱਚੋਂ ਤੁਸੀਂ ਮਾਨਵ ਸਿੰਘ ਨੂੰ ਤੁਸੀਂ ਕੰਟੈਕਟ ਕਰਕੇ ਉਹਦੇ ਨਾਲ ਗੱਲ ਕਰ ਸਕਦੇ ਹੋ। ਜੇ ਤੁਸੀਂ ਸਦਰਨ ਹੈਫ ਵਿੱਚ ਹੈਗੇ ਹੋ ਤਾਂ ਤੁਸੀਂ ਬਲਮੀਤ ਸਿੰਘ ਦੇ ਨਾਲ ਗੱਲ ਕਰ ਸਕਦੇ ਹੋ ਜਾਂ ਸ਼ੀਨਾ ਕੌਰ ਦੇ ਨਾਲ। ਸੋ ਕਈ ਕਈ ਹੈਗੇ ਨੇ ਸਾਡੇ ਕੋਲ ਅਤੇ ਅਸੀਂ ਉਹਨਾਂ ਨਾਲ ਜ਼ਰੂਰ ਮਿਲਾ ਦਾਂਗੇ, ਪਰ ਮੋਸਟ ਆਫ ਦ ਟਾਈਮ ਜੇ ਦੇਖਿਆ ਜਾਏ ਤਾਂ ਸਭ ਕੁਝ ਫੋਨ ਦੇ ਅਤੇ ਇੰਟਰਨੈਟ 'ਤੇ ਹੀ ਹੋ ਜਾਂਦਾ ਹੈ। ਜੀ ਬਿਲਕੁਲ, ਅੱਜ ਕੱਲ੍ਹ ਤਾਂ ਵੈਸੇ ਹੀ ਹੁਣ ਤਾਂ ਸਾਰੇ ਕੰਮ ਗੌਰਮੈਂਟਾਂ ਦੇ ਵੀ ਫੋਨ ਦੇ ਥਰੂ ਹੋਣ ਲੱਗ ਪਏ ਆ, ਈਮੇਲ ਦੇ ਥਰੂ। ਸੋ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ, ਨੰਬਰ 1-888-360-4437 ਇਹ ਸਕਰੀਨ 'ਤੇ ਨੰਬਰ ਆ ਰਿਹਾ, ਔਰ ਇਸ ਨੰਬਰ 'ਤੇ ਅਗਰ ਕਾਲ ਕਰੋਗੇ ਤਾਂ ਅੱਗੇ ਪੰਜਾਬੀ ਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੋਏਗੀ। ਜੇ ਤੁਸੀਂ ਪੰਜਾਬੀ 'ਚ ਗੱਲ ਕਰਨੀ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ। ਕੰਮ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ, ਕੋਈ ਵੀ ਇੰਸ਼ੋਰੈਂਸ ਕਰਾਉਣੀ ਹੈ, ਇਨਵਾਈਸ ਤੁਸੀਂ ਵੀ ਦੇਣੀ ਚਾਹੁੰਦੇ ਹੋ, ਆਪਣੀ ਡਿਸਕਾਊਂਟਡ ਫਿਊਲ ਕਾਰਡ ਜਿਹੜਾ ਉਹ ਬਣਵਾਉਣਾ ਚਾਹੁੰਦੇ ਹੋ, ਡਿਸਪੈਚਿੰਗ ਦੀ ਗੱਲ ਹੈ ਅਤੇ ਚਾਹੇ ਨਵੀਂ ਟਰੱਕ ਕੰਪਨੀ ਖੋਲ੍ਹਣ ਦੀ ਗੱਲ ਹੈ। ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਦਵਿੰਦਰ ਜੀ ਸਾਡੇ ਦਰਸ਼ਕਾਂ ਨੂੰ? ਦੇਖੋ ਜੀ, ਜੇ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੋਏ ਸਾਨੂੰ ਕਾਲ ਕਰ ਦੇਣਾ, ਜੇ ਸਰਵਿਸਿਜ਼ ਨਾ ਚਾਹੀਦੀਆਂ ਹੋਣ ਪਰ ਤੁਹਾਨੂੰ ਕੋਈ ਸਲਾਹ ਵੀ ਚਾਹੀਦੀ ਹੋਏ ਅਸੀਂ ਤੁਹਾਡੇ ਲਈ ਇੱਥੇ ਹੈਗੇ ਆ। ਜੀ ਉਹਦਾ ਨਹੀਂ ਕੋਈ ਚਾਰਜ, ਉਹ ਫਰੀ, ਮਤਲਬ ਸਾਰੀ ਫਰੀ। ਹਾਂਜੀ, ਚਲੋ ਬਹੁਤ ਮਿਹਰਬਾਨੀ ਜੀ ਤੁਹਾਡੀ, ਬਹੁਤ ਤੁਹਾਡਾ ਧੰਨਵਾਦ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ। ਸਤਿ ਸ਼੍ਰੀ ਅਕਾਲ ਜੀ। ਜੀ ਸਰਦਾਰ ਦਵਿੰਦਰ ਸਿੰਘ ਜੀ, ਕੰਪਸ ਫੰਡਿੰਗ ਸੋਲੂਸ਼ਨ ਤੋਂ ਸਾਨੂੰ ਕਿਵੇਂ ਕਿਵੇਂ ਫੰਡ ਅਸੀਂ ਲੈ ਸਕਦੇ ਹਾਂ, ਕਿਵੇਂ ਕਿਵੇਂ ਫੰਡ ਵਰਤ ਕੇ ਪੈਸਾ ਕਿੱਥੋਂ ਕਿੱਥੋਂ ਬਚਾ ਸਕਦੇ ਹਾਂ ਟਰੱਕਿੰਗ ਇੰਡਸਟਰੀ ਦੇ ਵਿੱਚ, ਬਹੁਤ ਵਧੀਆ ਜਾਣਕਾਰੀ ਇਹਨਾਂ ਨੇ ਦਿੱਤੀ ਹੈ। ਇਹਨਾਂ ਦਾ ਨੰਬਰ ਤੁਹਾਨੂੰ ਚਾਹੀਦਾ ਹੋਵੇ ਤਾਂ ਮੈਨੂੰ ਵੀ ਕਾਲ ਕਰ ਸਕਦੇ ਹੋ, ਸਾਡੇ ਸਟੂਡੀਓ 'ਚੋਂ ਵੀ ਨੰਬਰ ਲੈ ਸਕਦੇ ਹੋ, ਮੇਰਾ ਸੈੱਲ ਨੰਬਰ ਜਾਂ ਈਮੇਲ ਮੇਰੀ ਹੈਗੀ jaggi@jasbroadcasting.com ਜਾਂ ਫਿਰ info@jasbroadcasting.com ਵੀ ਗੱਲ ਕਰ ਸਕਦੇ ਹੋ, ਅਤੇ ਨਾਲ ਨਾਲ ਸੈੱਲ ਨੰਬਰ ਮੇਰਾ 209-450-33-62 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਦਵਿੰਦਰ ਸਿੰਘ ਹੁਣਾਂ ਦਾ ਨੰਬਰ ਚਾਹੀਦਾ ਹੈ। ਅਖੀਰ ਦੇ ਵਿੱਚ ਸਾਰੇ ਖੁਸ਼ ਰਹੋ, ਤੰਦਰੁਸਤ ਰਹੋ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।